ਭਾਈ ਅੰਮ੍ਰਿਤਪਾਲ ਸਿੰਘ ਜਿਹੜੇ NSA ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਨੇ, ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਮਿਲ ਕੇ ਆਏ ਉਹਨਾਂ ਦੇ ਵਕੀਲ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਨੇ ਸਾਡੇ ਪੱਤਰਕਾਰ ਜਤਿੰਦਰ ਦੇਵਗਾਨਾ ਵਿਸ਼ੇਸ਼ ਇੰਟਰਵਿਊ ਕਰਕੇ ਪੰਥਕ ਹਲਕਿਆਂ 'ਚ ਹਲਚਲ ਪੈਦਾ ਕਰ ਦਿੱਤੀ। ਭਾਈ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜੇਲ੍ਹ 'ਚ ਬੈਠੇ ਚੋਣ ਲੜਨਗੇ। ਆਓ ਇੰਟਰਵਿਊ ਦੇ ਅੰਸ਼ ਪੰਜਾਬ ਦੀ ਜਨਤਾ ਦੇ ਸਿੱਖ ਕੌਮ ਦੇ ਸਾਹਮਣੇ ਪੇਸ਼ ਕਰਦੇ ਹਾਂ। ਸਾਡੇ ਨਾਲ ਬਣੇ ਹੋਏ ਹਨ ਪੰਥਕ ਧਿਰਾਂ ਦੇ ਸਿਰਮੌਰ ਆਗੂ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ, ਜੋ ਕਿ ਅੰਮ੍ਰਿਤਪਾਲ ਸਿੰਘ ਜੀ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਮਿਲ ਕੇ ਆਏ ਹਨ। ਅਤੇ ਉਹ ਉਹਨਾਂ ਨੇ ਪਿਛਲੇ ਦਿਨ ਐਲਾਨ ਕੀਤਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਖਡੂਰ ਸਾਹਿਬ ਤੋਂ ਚੋਣ ਲੜਨਗੇ। ਅੱਜ ਉਹਨਾਂ ਨਾਲ ਮਿਲ ਕੇ ਵਿਸਥਾਰਪੂਰਵਕ ਜਾਣਕਾਰੀ ਲੈਂਦੇ ਹਾਂ ਅਤੇ ਜਨਤਾ ਮੂਹਰੇ ਇਹ ਰੱਖਦੇ ਹਾਂ। ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਦਾ ਜੀ ਡਿਬਰੂਗੜ੍ਹ ਜੇਲ੍ਹ ਤੋਂ ਆਏ ਹੋ ਕਈ ਦਿਨਾਂ ਬਾਅਦ? ਹਾਂਜੀ ਹਾਂਜੀ। ਅਤੇ ਖਡੂਰ ਸਾਹਿਬ ਤੋਂ ਕਹਿੰਦੇ ਵੀ ਉਹ ਲੜਨਗੇ, ਇਹ ਆਈਡੀਆ ਕਿੱਥੋਂ ਆਇਆ ਅਤੇ ਕਿਹਨੇ ਦਿੱਤਾ ਜੀ? ਦੇਖੋ, ਇਹ ਆਈਡੀਆ ਜਿਹੜਾ ਹੈਗਾ, ਕਿਉਂਕਿ ਸਿੱਖ ਸੰਗਤ ਜਿਹੜੀ ਸੀ ਉਹ ਸਾਰੇ ਪੰਜਾਬ ਦੇ ਵਿੱਚ, ਉਹਨਾਂ ਦੇ ਵਿੱਚ ਇਹ ਗੱਲ ਸੀਗੀ, ਉਹਨਾਂ ਦੀ ਮੰਗ ਸੀ ਕਿ ਜਿਹੜਾ ਗ੍ਰਿਫਤਾਰੀ ਹੋਈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ, ਜਦੋਂ ਕਿ ਉਹ ਅੰਮ੍ਰਿਤ ਛਕਾ ਰਹੇ ਸੀ ਅਤੇ ਖਾਲਸਾ ਪੰਥ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੇ ਸੀ, ਉਹ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਦੂਰ ਕਰ ਰਹੇ ਸੀ ਅਤੇ ਉਹ ਇੱਕ ਐਸੇ ਸਮਾਜ ਦੀ ਸਿਰਜਣਾ ਕਰ ਰਹੇ ਸੀ ਜਿਹੜਾ, ਜਿਸ ਦਾ ਆਧਾਰ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਚੜ੍ਹਦੀ ਧਰ ਪਾਤਸ਼ਾਹ ਦੀ ਵਿਚਾਰਧਾਰਾ ਸੀ। ਉਸ ਸਮੇਂ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਗ੍ਰਿਫਤਾਰ ਕਰਕੇ ਇੱਕ ਨੈਤਿਕ ਤੌਰ 'ਤੇ ਵੀ ਬਹੁਤ ਨਿਕੰਮਾ ਕਦਮ ਚੁੱਕਿਆ, ਕਾਨੂੰਨੀ ਤੌਰ 'ਤੇ ਵੀ ਨਿਕੰਮਾ ਜਿਹੜਾ ਚੁੱਕਿਆ, ਅਤੇ ਉਹ ਜਿਹੜਾ ਉਸਦੇ ਖਿਲਾਫ਼ ਜਨਤਾ ਦਾ ਫਤਵਾ ਇਤਿਹਾਸ ਦੇ ਵਿੱਚ ਜ਼ਰੂਰ ਦਰਜ ਹੋਣਾ ਚਾਹੀਦਾ। ਅਤੇ ਜਨਤਾ ਦਾ ਫਤਵਾ ਸਿਰਫ ਵੋਟਾਂ ਵੇਲੇ ਦਿੱਤਾ ਜਾ ਸਕਦਾ, ਚੋਣਾਂ ਵੇਲੇ ਦਿੱਤਾ ਜਾ ਸਕਦਾ, ਉਹ ਫਤਵਾ ਜਿਹੜਾ ਹੈ ਉਹ ਮਿਲ ਨਹੀਂ ਸਕਦਾ। ਅਤੇ ਉਹ ਫਤਵਾ ਜ਼ਰੂਰ ਲਿਆ ਜਾਵੇ, ਉਹ ਫਤਵਾ ਤਾਂ ਹੀ ਲਿਆ ਜਾ ਸਕਦਾ ਜੇ ਭਾਈ ਅੰਮ੍ਰਿਤਪਾਲ ਸਿੰਘ ਆਪ ਚੋਣ ਮੈਦਾਨ ਵਿੱਚ ਆਉਣ। ਅਤੇ ਪਾਰਲੀਮੈਂਟ ਦੀਆਂ ਚੋਣਾਂ ਆ ਗਈਆਂ, ਲੋਕ ਸਭਾ ਦੀਆਂ ਚੋਣਾਂ ਆ ਗਈਆਂ, ਅਤੇ ਉਹ ਚੋਣ ਮੈਦਾਨ ਦੇ ਵਿੱਚ ਆਉਣਾ ਉਹਨਾਂ ਦਾ ਸਾਰੀ ਸੰਗਤ ਦੀ ਇਹ ਭਾਵਨਾ ਸੀ। ਮੈਂ ਉਹਨਾਂ ਨੂੰ 23 ਮੀਟਿੰਗਾਂ ਤੋਂ ਅੱਡ ਥਾਵਾਂ ਦੀਆਂ ਸੰਗਤ ਦੀਆਂ ਭਾਵਨਾਵਾਂ ਬਾਰੇ ਦੱਸ ਰਿਹਾ ਸੀ ਅਤੇ 24 ਤਰੀਕ ਦੀ ਮੀਟਿੰਗ ਵੀ, 24 ਅਪ੍ਰੈਲ ਦੀ ਮੀਟਿੰਗ ਵਿੱਚ ਵੀ ਇਹ ਭਾਵਨਾਵਾਂ ਦੱਸੀਆਂ। ਅਤੇ ਉਹਨਾਂ ਨੇ ਸੰਗਤ ਦੇ ਫੈਸਲੇ ਮੂਹਰੇ ਜੀ ਕਹਿੰਦੇ ਸਿਰ ਝਟਾਉਂਦਿਆਂ ਇਹ ਫੈਸਲਾ ਲਿਆ ਕਿ ਉਹ ਖਡੂਰ ਸਾਹਿਬ ਤੋਂ ਪਾਰਲੀਮੈਂਟ ਦੀ ਲੋਕ ਸਭਾ ਦੀ ਚੋਣ ਲੜਨ। ਜੇਕਰ ਜਨਤਾ ਉਹਨਾਂ ਨੂੰ ਫਤਵਾ ਦੇ ਦਿੰਦੀ ਹੈ, ਖਡੂਰ ਸਾਹਿਬ ਤੋਂ ਲੋਕ ਸਭਾ ਦਾ ਮੈਂਬਰ ਬਣਾ ਦਿੰਦੀ ਹੈ, ਤਾਂ ਇਹਦੇ ਨਾਲ ਕੀ ਫਾਇਦਾ ਹੋਊਗਾ? ਦੇਖੋ, ਫਾਇਦਾ ਇਹ ਹੋਊ ਕਿ ਤਾਂ ਸਰਕਾਰ ਦੇ ਖਿਲਾਫ਼ ਫਤਵਾ ਹੋ ਗਿਆ ਜੀ, ਜਿਹੜੀ ਇਹ ਸਰਕਾਰ ਨੇ ਇਹ ਬੜਾ ਗੈਰ ਜਮਹੂਰੀ ਜਿਹੜਾ ਸੀ ਗਲਤ ਕਦਮ ਚੱਕਿਆ ਸੀ, ਉਹ ਜਿਹੜਾ ਹੈ ਫਤਵਾ ਦਿੱਤਾ ਗਿਆ ਅਤੇ ਉਹ ਰੱਦ ਕਰ ਦਿੱਤਾ ਗਿਆ ਜੀ। ਦੂਸਰੀ ਗੱਲ ਜਿਹੜੀ ਹੋਊ, ਇਹਦੇ ਨਾਲ ਖਾਲਸਾ ਪੰਥ ਨੂੰ ਬੜੀ ਤਾਕਤ ਮਿਲੂਗੀ ਜੀ, ਕਿ ਖਾਲਸਾ ਪੰਥ ਦੇ ਜਿਹੜੇ ਮਰਿਆਦਾ ਦਾ ਪ੍ਰਚਾਰ ਕਰਦੇ ਸੀ ਉਹਨਾਂ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਗਿਆ, ਅਤੇ ਅੰਮ੍ਰਿਤ ਸੰਚਾਰ ਜਿਹੜਾ ਸੀ ਉਹ ਠੀਕ ਹੈ, ਅਤੇ ਜੋ ਪ੍ਰਚਾਰ ਭਾਈ ਅੰਮ੍ਰਿਤਪਾਲ ਸਿੰਘ ਕਰ ਰਹੇ ਸੀ ਉਹ ਇਤਿਹਾਸ ਦੇ ਵਿੱਚ ਸਹੀ ਦਰਜ ਹੋਊ, ਔਰ ਇਹ ਇਤਿਹਾਸਕ ਗੱਲ ਹੋਊਗੀ, ਉਹਨਾਂ ਦੀ ਜਿਹੜੀ ਜਿੱਤ ਹੈ ਅਤੇ ਇਤਿਹਾਸ ਦੇ ਵਿੱਚ ਦਰਜ ਹੋਊ, ਦੁਨੀਆ ਰਹੇ ਨਾ ਰਹੇ ਉਹ ਹਮੇਸ਼ਾ ਇਤਿਹਾਸ ਦਾ ਹਿੱਸਾ ਹੋਊ। NSA ਟੁੱਟ ਜੂ ਫਿਰ? ਦੇਖੋ, NSA ਟੁੱਟਣ ਦੀ ਜਾਂ ਨਾ ਟੁੱਟਣ ਦੀ ਉਹ ਗੱਲ ਜਿਹੜੀ ਆ, ਉਹ ਇੱਕ ਮੋਰਲ ਪ੍ਰੈਸ਼ਰ ਹੁੰਦਾ, ਉਹ ਮੋਰਲ ਪ੍ਰੈਸ਼ਰ ਦਾ ਉਸ ਸਮੇਂ ਜਿਹੜਾ ਹੈ ਦੇਖਿਆ ਜਾਊ ਵੀ ਕਿੰਨਾ ਇੱਕ ਪ੍ਰੈਸ਼ਰ। ਨਹੀਂ, ਸਿੱਖ ਕੌਮ ਤਾਂ ਫਿਰ ਉਹਨੂੰ, ਸਿੱਖ ਕੌਮ ਤਾਂ ਇਹੀ ਹੈ ਨਾ ਵੀ ਜੇ NSA ਟੁੱਟੇ ਤਾਂ ਫਤਵਾ ਦਈਏ ਫਿਰ ਹੀ NSA ਫਾਇਦਾ। ਨਹੀਂ, NSA ਫਿਰ ਜਿਹੜੀ ਸਰਕਾਰ ਨੂੰ ਤੋੜਨੀਆਂ ਪਊ ਜਦੋਂ ਲੋਕਾਂ ਦਾ ਫਤਵਾ ਆ ਜਾਓ। ਠੀਕ ਹੈ ਜੀ, ਕਈ ਆਗੂ ਹੋਰ ਵੀ ਕਹਿੰਦੇ ਜਿੱਤੇ ਨੇ ਅੰਦਰ ਬੈਠੇ, ਅਤੇ ਫਿਰ ਉਹਨਾਂ ਦੇ ਜਿਹੜਾ ਜੋ ਵੀ ਧਾਰਾ ਲੱਗੀਆਂ ਸੀ ਉਹ ਟੁੱਟੀਆਂ? ਹਾਂ, ਟੁੱਟੀਆਂ।
ਜਿਵੇਂ ਹੁਣ ਮਾਸਟਰ ਰਣਜੀਤ ਸਿੰਘ ਮਾਨ ਕੀਤੇ ਸੀ, ਇਹਨੂੰ ਰਾਤੋ ਰਾਤ ਹਵਾਈ ਜਹਾਜ਼ ਤੇ ਬਿਠਾ ਕੇ ਇੱਥੇ ਰਿਹਾ ਕਰਕੇ ਅੰਮ੍ਰਿਤਸਰ ਭੇਜਤਾ। ਅੱਛਾ ਜੀ। ਅਤਿੰਦਰਪਾਲ ਸਿੰਘ ਜੀ ਹੋਰ ਬਹੁਤ ਹੋਏ। ਤੇ ਤੁਸੀਂ ਫਿਰ ਖਡੂਰ ਸਾਹਿਬ ਪ੍ਰਚਾਰ ਕਰਨ ਜਾਓਗੇ ਜੀ? ਲਾਜ਼ਮੀ ਜਾਊਂ ਜੀ, ਲਾਜ਼ਮੀ ਜਾਊਂ। ਤੇ ਜਾ ਕੇ ਵੀ ਆਏ ਹੋ? ਹਾਂ, ਜਾ ਕੇ ਵੀ ਆਏ, ਬਹੁਤ ਵਾਰੀ ਜਾਂਦੇ ਰਹੇ ਮੈਂ। ਕੀ ਰਿਸਪੋਂਸ ਆ ਉੱਥੋਂ ਦੇ ਲੋਕਾਂ ਦਾ? ਉੱਥੋਂ ਦਾ ਬਹੁਤ ਜਿਹੜਾ ਹੈ ਤੂਫਾਨ ਆਇਆ ਹੋਇਆ ਜੀ ਉੱਥੇ, ਇੰਨੀ ਹਲਚਲ ਮਚੀ ਹੋਈ ਹੈ, ਇੰਨੀ ਉੱਥੇ ਲਹਿਰ ਹੈ ਸੰਤੁਸ਼ਟੀ ਦੀ ਤੇ ਖੁਸ਼ੀ ਦੀ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਹੈ ਬਤੌਰ ਉਮੀਦਵਾਰ ਮੈਦਾਨ ਵਿੱਚ ਆ ਗਏ ਕਿ ਉੱਥੇ ਰਿਕਾਰਡ ਤੋੜ ਜਿੱਤ ਹੋਊਗੀ ਔਰ ਸਾਰੇ ਬਾਕੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ। ਬਾਕੀ ਪਾਰਟੀਆਂ ਆਪਣੇ ਸਿੱਖ ਕੌਮ ਲਈ ਜਾਂ ਭਾਈ ਅੰਮ੍ਰਿਤਪਾਲ ਸਿੰਘ ਲਈ ਆਪਦੇ ਕੈਂਡੀਡੇਟ ਪਿੱਛੇ ਨਹੀਂ ਹਟਾ ਰਹੀਆਂ? ਦੇਖੋ ਜੀ, ਇਹ ਤਾਂ ਮੈਨੂੰ ਪਤਾ ਨਹੀਂ ਉਹਨਾਂ ਦਾ, ਆਪਦੀਆਂ ਪਾਰਟੀਆਂ ਉਹਨਾਂ ਦਾ ਕੀ ਨਿਸ਼ਚੈ, ਕੀ ਫੈਸਲਾ ਲੈਣਗੇ ਉਹ। ਤੁਹਾਨੂੰ ਅਧਿਕਾਰਤ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਨੋਮੀਨੇਟ ਕੀਤਾ ਹੋਇਆ, ਕੀ ਤੁਸੀਂ ਉਹਨਾਂ ਨੂੰ ਅਪੀਲ ਕੀਤੀ ਜਾਂ ਕੋਈ ਅਪਰੋਚ ਕੀਤੀ? ਨਹੀਂ ਜੀ, ਅਸੀਂ ਅਪੀਲ ਨਹੀਂ ਕਰਨੀ, ਉਹ ਤਾਂ ਉਹਨਾਂ ਨੇ ਆਪ ਹੀ ਫੈਸਲਾ ਲੈਣਾ। ਜੇ ਉਹ ਭਾਈ ਸਾਹਿਬ ਦਾ ਹਮਾਇਤ ਕਰਨਗੇ ਤਾਂ ਅਸੀਂ ਉਹਨੂੰ ਵੈਲਕਮ ਕਰਾਂਗੇ, ਸਵਾਗਤ ਕਰਾਂਗੇ। ਨਹੀਂ, ਇੱਕ ਵਾਰ ਆਪਣੇ ਬੀਬੀ ਖਾਲੜਾ ਜੀ ਖੜੇ ਸੀ ਉੱਥੋਂ ਅਤੇ ਉਹਨਾਂ ਨੂੰ ਫਤਵਾ ਨਹੀਂ ਦਿੱਤਾ ਸੀਗਾ ਕਿਤੇ ਇਸ ਗੱਲ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋ ਜਾਵੇ ਫਿਰ? ਦੇਖੋ ਜੀ, ਬੀਬੀ ਖਾਲੜਾ ਜਿਹੜੇ ਸੀ ਉਹ ਬਤੌਰ ਆਜ਼ਾਦ ਉਮੀਦਵਾਰ ਨਹੀਂ ਖੜੇ ਸੀ, ਉਹ ਆਪਣਾ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਬਣਾਈ ਹੋਈ ਸੀ ਉਦੋਂ, ਉਹ ਇਹਨਾਂ ਦੀ ਪਾਰਟੀ ਜਿਹਨੇ ਉਹ ਖੜੇ ਸੀ। ਬਾਕੀ ਕੁਰਬਾਨੀ ਬੜੀ ਮਹਾਨ ਸੀ ਸਰਦਾਰ ਜਸਵੰਤ ਸਿੰਘ ਖਾਲੜਾ ਦੀ, ਬਹੁਤ ਵੱਡੀ ਕੁਰਬਾਨੀ ਹੈ ਅਤੇ ਬੀਬੀ ਵੀ ਬੜੀ ਕੁਰਬਾਨੀ ਦੀ ਮਾਲਕ ਹੈ। ਉਹ ਫਤਵਾ ਕਿਹਨਾਂ ਹਾਲਤਾਂ 'ਚ ਦੇਤਾ, ਕਿਹਨਾਂ 'ਚ ਦੇਤਾ, ਉਹਨਾਂ 'ਤੇ ਮੈਂ ਕੋਈ ਨਹੀਂ ਗੱਲ ਕਰਨੀ ਚਾਹੁੰਦਾ, ਪਰੰਤੂ ਉਹ ਮੰਦਭਾਗਾ ਸੀ ਜਿਹੜਾ ਉਹਨਾਂ ਨੂੰ ਜਿੱਤ ਨਹੀਂ ਮਿਲੀ। ਕੀ ਤੁਸੀਂ ਬਾਕੀ ਪਾਰਟੀਆਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਵੀ ਤੁਸੀਂ ਆਪਦੇ ਉਮੀਦਵਾਰ ਬਿਠਾਓ ਜਾਂ ਪਿੱਛੇ ਕਰ ਲਓ ਜਾਂ? ਨਹੀਂ ਜੀ, ਮੈਂ ਕੋਈ ਅਪੀਲ ਨਹੀਂ ਕਰਨਾ ਚਾਹੂੰਗਾ, ਪਰ ਉਹਨਾਂ ਦਾ ਇਹ ਨੈਤਿਕ ਫਰਜ਼ ਹੈ, ਸੰਵਿਧਾਨਿਕ ਹੱਕ ਹੈ ਵੀ ਉਹਨਾਂ ਦਾ, ਹਾਂ ਵੀ ਉਹ ਖੜਾ ਕਰ ਸਕਦੇ ਆ। ਮੈਂ ਨਹੀਂ ਕਹਿ ਸਕਦਾ ਵੀ ਵਾਪਸ ਕਰਾਓ, ਪਰੰਤੂ ਉਹਨਾਂ ਦਾ ਫਰਜ਼ ਹੈ ਕਿ ਵਾਪਸ ਲੈਣ। ਠੀਕ ਹੈ, ਤੁਸੀਂ ਇੰਨੇ ਵਾਰ ਗਏ ਹੋ ਆਪਣੇ ਡਿਬਰੂਗੜ੍ਹ ਜੇਲ੍ਹ 'ਚ, ਸਾਡੀ ਨਿਗਾਹ 'ਚ ਵੀ 10-11 ਵਾਰ ਤੁਸੀਂ ਗਏ ਹੋ? ਨਹੀਂ ਜੀ, 19-20 ਵਾਰ। 19-20 ਵਾਰ ਗਏ ਹੋ, ਅਤੇ ਵੀ ਕਾਫੀ ਯਤਨ ਤੋਂ ਬਾਅਦ ਉਹਨਾਂ ਨੂੰ ਮਨਾਉਣਾ ਪਿਆ ਆਪਣੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੋਣ ਲੜਨ ਲਈ? ਹਾਂ ਜੀ, ਠੀਕ ਹੈ, ਤੁਹਾਡੀ ਗੱਲ, ਬਹੁਤ ਯਤਨ ਤੋਂ ਬਾਅਦ ਮਨਾਉਣਾ ਪਿਆ। ਉਹਨਾਂ ਨੇ ਜੇ ਪਹਿਲਾਂ ਮੰਨ ਜਾਂਦੇ ਤਾਂ ਸ਼ਾਇਦ 13 ਸੀਟਾਂ 'ਤੇ ਚੋਣ ਲੜੀ ਜਾਂਦੀ। ਅੱਛਾ, ਤੁਸੀਂ ਵੀ ਫਿਰ ਕਿਤੋਂ ਲੜਨਾ ਸੀ? ਹੈ ਜੀ, ਨਹੀਂ ਇਹ ਤਾਂ ਹੁਣ ਜਦੋਂ ਆਪਾਂ ਲੜਨਾ ਹੀ ਨਹੀਂ ਹੈ, ਹੁਣ ਆਪਾਂ ਦੱਸੀਏ ਮੈਂ ਲੜਨਾ ਸੀ ਜਾਂ ਨਹੀਂ ਲੜਨਾ ਸੀ। ਅਤੇ ਤੁਸੀਂ ਫਿਰ ਹੁਣ ਜਦੋਂ ਇੱਕ ਸੀਟ ਦਾ ਫੈਸਲਾ ਹੋਇਆ, ਤੁਸੀਂ ਵੀ ਆਪਦੀ ਕਿਸੇ ਸੀਟ ਦੀ ਕੁਰਬਾਨੀ ਦਿੱਤੀ ਹੋਣੀ ਹੈ? ਕੋਈ ਕੁਰਬਾਨੀ ਦਿੱਤੀ ਹੋ ਜੀ? ਕਿਹੜੀ ਸੀਟ ਤੋਂ ਲੜਨ ਦਾ ਤੁਹਾਡਾ? ਨਹੀਂ ਜੀ, ਮੈਂ ਉਹ ਨਹੀਂ, ਮੈਂ ਵੀ ਕਿਹੜੀ ਸੀਟ ਤੋਂ ਲੜਨ ਦਾ ਦਿੱਤਾ, ਪਰੰਤੂ ਕੁਰਬਾਨੀ ਤਾਂ ਦਿੱਤੀ। ਚਲੋ, ਹੁਣ ਤੁਸੀਂ ਸਿੱਖ ਕੌਮ ਨੂੰ ਕੀ ਅਪੀਲ ਕਰਦੇ ਹੋ? ਮੈਂ ਸਿੱਖ ਪੰਥ ਨੂੰ, ਖਾਲਸਾ ਪੰਥ ਨੂੰ ਇਹ ਅਪੀਲ ਕਰਦਾ ਕਿ ਜਿਹੜਾ ਖਡੂਰ ਸਾਹਿਬ ਦੇ ਹਲਕੇ ਦੇ ਵਿੱਚ ਜਿਹੜੀ ਚੁਣਾਵੀ ਲੜਾਈ ਹੋ ਰਹੀ ਹੈ, ਬੜੀ ਇਤਿਹਾਸਕ ਹੈ, ਅਤੇ ਖਾਲਸਾ ਪੰਥ ਦੀ ਇੱਥੋਂ ਜਿੱਤ ਕਰਾਓ ਅਤੇ ਸਾਰੇ ਜਾਣੇ ਉੱਥੇ ਲੰਗੋਟ ਬੰਨ ਕੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਚਿੰਨੀਓਂ ਇਹ ਸਮਝਣ ਕਿ ਅਸੀਂ ਉਹ ਚੋਣ ਲੜ ਰਹੇ ਹਾਂ ਅਤੇ ਇੱਕ ਵੱਡੀ ਇਤਿਹਾਸਕ ਜਿੱਤ ਖਾਲਸਾ ਪੰਥ ਨੂੰ ਬਖਸ਼ਣ, ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਜਿੱਤਣ। ਬਰਨਾਲਾ ਤੋਂ ਜਤਿੰਦਰ ਦੇਵਗਨ ਦੀ ਵਿਸ਼ੇਸ਼ ਰਿਪੋਰਟ।